ਦਲীপ ਘੋਟਿਵਾਣਾ ਦੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦੀ ਅਗਲੀ ਸ਼ਖਸੀਅਤ ਹੈ ਕਲਮ ਕਾਨੂੰਨ ਤੇ ਮਹਿੰਦਰ ਸਿੰਘ ਜੋਸ਼ੀ ਅੱਜ ਜਿਸ ਸ਼ਖਸੀਅਤ ਬਾਰੇ ਮੈਂ ਪਾਠਕਾਂ ਨਾਲ ਵਿਚਾਰ ਸਾਂਝੇ ਕਰਨ ਲੱਗੀ ਹਾਂ ਉਹਨੂੰ ਜਦੋਂ ਮੈਂ ਪਹਿਲੀ ਵਾਰ ਅੱਜ ਤੋਂ ਕੋਈ 35 37 ਸਾਲੇ ਪਹਿਲੇ ਮਿਲੀ ਸੀ ਤਾਂ ਆਪ ਜੀ ਇਨਸਾਫ਼ ਦੀ ਕੁਰਸੀ ਤੇ ਬਿਰਾਜਮਾਨ ਸਨ ਬਹੁਤਿਆਂ ਦੀ ਜਾਨ ਬਖਸ਼ਣੀ ਇਹਨਾਂ ਦੇ ਹੱਥਾਂ 'ਚ ਸੀ ਪਰ ਗੁਨਾਹਗਾਰ ਸਜ਼ਾਵਾਂ ਤੋਂ ਬਚ ਨਹੀਂ ਸਕਦੇ ਜੀ ਮੈਨ ਜਸਟਿਸ ਮਿੰਦਰ ਸਿੰਘ ਜੋਸ਼ੀ ਜੀ ਬਾਰੇ ਗੱਲ ਕਰ ਰਹੀ ਹਾਂ ਸਿਆਣੇ ਕਹਿੰਦੇ ਹਨ ਤਲਵਾਰ ਦੀ ਤਾਕਤ ਨਾਲੋਂ ਕਲਮ ਦੀ ਤਾਕਤ ਕਿਤੇ ਜ਼ਿਆਦਾ ਹੁੰਦੀ ਹੈ ਪਰ ਜਸਟਿਸ ਸਰ ਦੇ ਹੱਥਾਂ 'ਚ ਤਾਂ ਉਦੋਂ ਦੋਵੇਂ ਕਲਮਾਂ ਸੀ ਪਹਿਲੀ ਸੀ ਇਨਸਾਫ ਦੀ ਕੁਰਸੀ 'ਤੇ ਬੈਠ ਕੇ ਕਿਸੇ ਬੇਦੋਸ਼ੇ ਦੀ ਜਾਨ ਬਚਾਉਣ ਖਾਤਰ ਤੇ ਦੂਜੀ ਸੀ ਸਾਹਿਤ ਰਚਨਾ ਲਈ ਦੋਹਾਂ ਪੱਖਾਂ ਤੋਂ ਇੱਕ ਕਲਮ ਆਪਣੀ ਆਪਣੀ ਥਾਂ ਬਹੁਤ ਮਹੱਤਵਪੂਰਨ ਸਨ ਜ਼ਿੰਦਗੀ ਦੇ ਸਫ਼ਰ 'ਚ ਰਿਟਾਇਰ ਹੋਣ ਵੇਲੇ ਤੱਕ ਜੋਸ਼ੀ ਜੀ ਦੀ ਇਨਸਾਫ਼ ਦਿਵਾਉਣ ਵਾਲੀ ਕਲਮ ਨਿਰੰਤਰ ਜੀਵਨ ਪਰਵਾਜ਼ ਨਾਲ-ਨਾਲ ਚਲਦੀ ਰਹੀ ਸੀ ਪਰ ਸਾਹਿਤ ਰਚਨਾ ਕਰਨ ਵਾਲੀ ਕਲਮ ਅਜੇ ਵੀ ਪੰਜਾਬੀ ਸਾਹਿਤ ਨੂੰ ਕਿਸੇ ਨਾ ਕਿਸੇ ਪੱਖੋਂ ਅਮੀਰ ਬਣਾਉਂਦੀ ਚੱਲੀ ਆ ਰਹੀ ਸੀ ਪਹਿਲਾਂ ਪਹਿਲ ਕਹਾਣੀ ਕਵਿਤਾ ਲੇਖ ਸਵੈ ਜੀਵਨੀ ਆਦਿ ਸਾਹਿਤ ਦੇ ਕਈ ਰੂਪ ਇਸ ਕਲਮ ਦੇ ਸਫ਼ਰ 'ਚ ਉਗੜ ਕੇ ਸਾਹਮਣੇ ਆਏ ਜੋ ਪੰਜਾਬੀ ਸਾਹਿਤ ਨੂੰ ਇਹਨਾਂ ਦੀ ਵੱਡਮੁੱਲੀ ਦੇਣ ਹਨ ਇਸ ਸਾਹਿਤਿਕ ਦੇਣ ਨੂੰ ਮੁੱਖ ਰੱਖਦੇ ਹਾਂ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਪੰਜਾਬ ਸਰਕਾਰ ਦੇ ਸਨਮਾਨ ਤੋਂ ਇਲਾਵਾ ਦਿੱਲੀ ਪ੍ਰਸ਼ਾਸਨ ਤੇ ਹੋਰ ਕਈ ਸਾਹਿਤਿਕ ਸੰਸਥਾਵਾਂ ਵੱਲੋਂ ਵੀ ਆਪ ਜੀ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਮੁੱਖ ਤੌਰ ਤੇ ਆਧੁਨਿਕ ਪੰਜਾਬੀ ਕਹਾਣੀ ਸਾਹਿਤ ਨੂੰ ਇੰਨਾਂ ਹੀ ਇਹਨਾਂ ਦੀ ਨਿਗਰ ਦੇਣ ਕਹੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬੀ ਬਾਲ ਸਾਹਿਤ ਵਿੱਚ ਵੀ ਇਸ ਕਲਮ ਦਾ ਯੋਗਦਾਨ ਰਿਹਾ ਹੈ। ਇਨਸਾਫ ਦੀ ਕੁਰਸੀ ਤੇ ਬੈਠਿਆਂ ਆਪ ਨੂੰ ਜ਼ਿੰਦਗੀ ਚ ਚਾਰ ਵਾਰੀ ਮਨੁੱਖੀ ਜ਼ਿੰਦਗੀ ਦੇ ਐਮ ਫੈਸਲਿਆਂ ਉੱਤੇ ਆਪਣੀ ਕਾਨੂੰਨੀ ਕਲਮ ਦਾ ਧੜਕਦੇ ਦਿਲ ਨਾਲ ਇਸਤੇਮਾਲ ਕਰਨਾ ਪਿਆ। ਦਿੱਲੀ ਹਾਈ ਕੋਰਟ ਤੋਂ ਰਿਟਾਇਰ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਲਾਏ ਦੋਸ਼ਾਂ ਦੀ ਲਿਸਟ ਨੂੰ ਵੀ ਬੜੀ ਦੂਰ ਦ੍ਰਿਸ਼ਟੀ ਨਾਲ ਖੋਖਣਾ ਪਿਆ। ਇਉਂ ਆਪ ਦਿਆਂ ਦੋਵੇਂ ਕਾਨੂੰਨੀ ਤੇ ਰਚਨਾਤਮਕ ਕਲਮਾਂ ਨਿਰੰਤਰ ਜ਼ਿੰਦਗੀ ਦੇ ਪ੍ਰਵਾਹ ਚ ਆਪਣਾ ਭਰਪੂਰ ਯੋਗਦਾਨ ਪਾਉਂਦੀਆਂ ਚਲੀਆਂ ਗਈਆਂ 1980 ਚ ਜਦੋਂ ਪੰਜਾਬੀ ਅਕੈਡਮੀ ਦਿੱਲੀ ਹੋਂਦ ਚਾਈ ਤਾਂ ਅਮਰਤਾ ਤੇ ਜੋਸ਼ੀ ਜੀ ਨੇ ਮਿਲ ਕੇ ਇੱਕ ਉੱਚ ਮਿਆਰੀ ਸਾਹਿਤਿਕ ਪਰਚੇ ਨੂੰ ਅਕੈਡਮੀ ਵੱਲੋਂ ਹੋਂਦ ਵਿੱਚ ਲਿਆਂਦਾ ਜਿਹਦਾ ਨਾਮ ਮਹਿੰਦਰ ਸਿੰਘ ਜੋਸ਼ੀ ਜੀ ਨੇ ਹੀ ਗੁਰਬਾਣੀ ਦੀ ਇੱਕ ਤੁਕ ਚੋਂ ਸਮਦਰਸ਼ੀ ਰੱਖਿਆ ਸੀ ਜੋ ਅਜੇ ਵੀ ਬੜੀ ਸਜ ਧਜ ਨਾਲ ਉੱਥੋਂ ਨਿਕਲ ਰਿਹਾ ਹੈ ਇਸ ਪਰਚੇ ਦੇ ਪਹਿਲੇ ਐਡੀਟ ਪਹਿਲੇ ਐਡੀਟਰ ਮਿੰਦਰ ਸਿੰਘ ਜੋਸ਼ੀ ਸਨ ਜਿਨ੍ਹਾਂ ਨਾਲ ਇਤਫਾਕਨ ਮੈਨੂੰ ਵੀ ਥੋੜਾ ਸਮਾਂ ਪੰਜਾਬੀ ਅਕੈਡਮੀ 'ਚ ਕੰਮ ਕਰਨ ਦਾ ਮੌਕਾ ਹਾਸਲ ਹੋਇਆ। ਇਉਂ ਸਾਹਿਤਕਾਰ ਜੋਸ਼ੀ ਦੀ ਕਲਮ ਪਰ ਜ਼ੋਰ ਚੱਲ ਰਹੀ ਸੀ ਤੇ ਕਈ ਸਾਹਿਤਿਕ ਸਾਹਿਤਕਾਰ ਸੰਸਥਾਵਾਂ ਨੂੰ ਜੋਸ਼ੀ ਜੀ ਦਾ ਪੂਰਾ ਪੂਰਾ ਸਹਿਯੋਗ ਮਿਲਦਾ ਰਿਹਾ। ਖਾਸ ਕਰਕੇ ਪੰਜਾਬੀ ਰਾਈਟਰਸ ਕੋਆਪਰੇਟਿਵ ਸੁਸਾਇਟੀ ਲਿਮਟਿਡ ਤੇ ਪੰਜਾਬੀ ਅਕੈਡਮੀ ਦਿੱਲੀ ਨੂੰ। ਇਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਨੂੰ ਵੀ ਜੋ ਦਿੱਲੀ ਚ ਬਹੁਤ ਪੁਰਾਣੀ ਤੇ ਸਭ ਤੋਂ ਪਹਿਲੀ ਸਭਾ ਹੈ ਇਸ ਸਭਾ ਨੂੰ ਗਿਆਨੀ ਕੁਲਦੀਪ ਸਿੰਘ ਡਾਕਟਰ ਹਰੀ ਸਿੰਘ ਡਾਕਟਰ ਬੰਜਾਰਾ ਬੇਦੀ ਪਾਪਾ ਪ੍ਰੀਤਮ ਸਿੰਘ ਤੇ ਜਸਟਿਸ ਜੋਸ਼ੀ ਦਾ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ ਪੰਜਾਬੀ ਅਕੈਡਮੀ ਦਿੱਲੀ ਦੇ ਮੁਢਲੇ ਕਾਰਜਕਰਤਾ ਅਮਰਤਾ ਪ੍ਰੀਤਮ ਤੇ ਡਾਕਟਰ ਹਰਪ੍ਰਜਨ ਸਿੰਘ ਦੇ ਨਾਲ ਨਾਲ ਕਾਨੂੰਨੀ ਸਲਾਹਕਾਰ ਮਿੰਦਰ ਸਿੰਘ ਜੋਸ਼ੀ ਜੀ ਹੀ ਰਹੇ ਇਉ 1980 ਤੋਂ 1984 ਤੱਕ ਪੰਜਾਬੀ ਅਕੈਡਮੀ ਦਿੱਲੀ ਦੀ ਸੇਵਾ ਚ ਆਪ ਤਨੋਂ ਮਨੋਂ ਜੁਟੇ ਹੋਏ ਸਨ ਪਰ 1984 ਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਸਮੇ ਹੋਏ ਸਿੱਖ ਵਿਰੋਧੀ ਦੰਗਿਆਂ ਨੇ ਜੋਸ਼ੀ ਜੀ ਦੇ ਮਨ ਨੂੰ ਹੀ ਬਦਲ ਕੇ ਰੱਖ ਦਿੱਤਾ ਇਹਨਾਂ ਦੰਗਿਆਂ ਦੀ ਲਪੇਟ ਚ ਜੋਸ਼ੀ ਸਾਹਿਬ ਦਾ ਪਰਿਵਾਰ ਵੀ ਆ ਗਿਆ ਤੇ ਇਨਸਾਨੀਅਤ ਦੇ ਦੁਸ਼ਮਣ ਦੰਗਾਕਾਰੀਆਂ ਨੇ ਇਹਨਾਂ ਦੇ ਘਰ ਤੇ ਵੀ ਹੱਲਾ ਬੋਲ ਦਿੱਤਾ ਪਰ ਬਚਾਅ ਹੋ ਗਿਆ ਅਸੀਂ ਇਸ ਘਟਨਾ ਨੂੰ ਪਰਮਾਤਮਾ ਦਾ ਇੱਕ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਕਿਉਂਕਿ ਉਸ ਸਮੇਂ ਇਹਨਾਂ ਦੇ ਘਰ ਤੇ ਹਮਲਾ ਕਰਨ ਵਾਲੇ ਪਾਗਲ ਵੈਸ਼ੀਆਂ ਨਾਲ ਲੋਕਾਂ ਦਾ ਮੁਕਾਬਲਾ ਇਸ ਘਰ ਦੇ ਇੱਕ ਪਾਲਤੂ ਦਰਵੇਸ਼ ਕੁੱਤੇ ਨੇ ਕੱਲਿਆਂ ਹੀ ਕੀਤਾ ਸੀ ਤੇ ਘਰ ਦੇ ਕਿਸੇ ਵੀ ਜੀ ਦਾ ਵਾਰ ਵਿੰਗਾ ਨਹੀਂ ਸੀ ਹੋਇਆ। ਉਹਨਾਂ ਦਿਨਾਂ 'ਚ ਜਸਟਿਸ ਮਹਿੰਦਰ ਸਿੰਘ ਜੋਸ਼ੀ ਨੇ ਦਿੱਲੀ 'ਚ ਜਮਨਾਪਾਰ ਆਪਣੀ ਨਵੀਂ ਕੋਠੀ ਜੋ ਜੇ ਬਣਾਈ ਸੀ ਤੇ ਜਿਸ ਕੋਠੀ ਚ ਆਿਆਂ ਨੂੰ ਬਹੁਤ ਸਮਾਂ ਵੀ ਨਹੀਂ ਸੀ ਹੋਇਆ। ਆਪਣੇ ਹੱਥੀ ਬਣਾਈ ਕੋਠੀ 'ਚ ਰਹਿਣ ਦੀਆਂ ਸੱਦਰਾ ਜੇ ਉਸਲਵੱਟੀ ਲੈ ਰਹੀਆਂ ਸੀ ਤੇ ਰਹਾਇਸ਼ਗਾਹ ਦੀ ਸਜ-ਤਜ ਵੀ ਅਜੇ ਪੂਰੀ ਨਹੀਂ ਸੀ ਹੋਈ। ਇਹ ਦੰਗਾਕਾਰੀਆਂ ਨਹੀਂ ਇਸ ਕਰਦੇ ਹਮਲਾ ਬੋਲ ਦਿੱਤਾ ਇਹ ਤੋਂ ਪਹਿਲਾਂ ਆਪ ਸਰਕਾਰੀ ਕੋਠੀਆਂ 'ਚ ਹੀ ਰਹਿੰਦੇ ਚਲੇ ਆ ਰਹੇ ਸਨ ਸ਼ਾਹਜਹਾਂ ਰੋਡ ਡਿਫੈਂਸ ਕਲੋਨੀ ਤੇ ਹੋਰ ਪਤਾ ਨਹੀਂ ਦਿੱਲੀ ਦੀ ਕਿਹੜੀ ਕਿਹੜੀ ਕਲੋਨੀ 'ਚ ਆਪ ਜੀ ਦਾ ਨਿਵਾਸ ਰਿਹਾ ਜਦੋਂ ਮੇਰੀ ਇਹਨਾਂ ਨਾਲ ਮੁਲਾਕਾਤ ਤੇ ਜਾਣ ਪਛਾਣ ਹੋਈ ਤਾਂ ਜੋਸ਼ੀ ਸਾਬ ਸ਼ਾਹਜਹਾਂ ਰੋਡ ਵਾਲੇ ਖੂਬਸੂਰਤ ਮੰਗਲੇ 'ਚ ਰਹ ਰਹੇ ਸਨ ਤੇ ਥੋੜੀ ਜੀ ਦੂਰੀ 'ਤੇ ਪਟਿਆਲਾ ਹਾਊਸ ਦੀ ਕਚੈਰੀ 'ਚ ਇਹਨਾਂ ਦਾ ਦਫ਼ਤਰ ਸੀ ਜਿੱਥੇ ਆਪ ਇਨਸਾਫ਼ ਦੀ ਕੁਰਸੀ 'ਤੇ ਬੈਠਣ ਦੀਆਂ ਮੁਸ਼ਕਲਾਂ ਨੂੰ ਨਜਿੱਠਦੇ ਰਹੇ ਉਥੇ ਨਾਲ-ਨਾਲ ਸਾਹਿਤ ਰਚਨਾ ਕਰਨ ਵਾਲੀ ਕਾਨੀ ਵੀ ਪੂਰ ਜ਼ੋਰ ਚੱਲਦੀ ਰਹੀ। ਕਿਉਂ ਭਾਰਤੀ ਸੰਵਿਧਾਨ ਦਾ ਪੰਜਾਬੀ ਅਨੁਵਾਦ ਕਰਨ ਦਾ ਸਿਹਰਾ ਵੀ ਇਹਨਾਂ ਦੇ ਸਿਰ ਵੱਜਦਾ ਹੈ। ਜੋ ਇੱਕ ਕਠਿਨ ਕਾਰਜ ਸੀ, ਹੋਰ ਵੀ ਅੰਗਰੇਜ਼ੀ ਤੋਂ ਕਈ ਅਨੁਵਾਦ ਆਪਨੇ ਪੰਜਾਬੀ ਭਾਸ਼ਾ 'ਚ ਕੀਤੇ ਹਨ। ਜ਼ਾਹਿਰ ਹੈ ਕਿ ਮਰੀਏ ਨਾਲ ਜਾਣ-ਪਛਾਣ ਦਿੱਲੀ 'ਚ ਹੁੰਦੇ ਸਾਇਤਿਕ ਸੰਮੇਲਨਾਂ 'ਚ ਹੀ ਹੋਣੀ ਸੀ। ਅਮਰਤਾ ਪ੍ਰੀਤਮ ਕਰਤਾਰ ਸਿੰਘ ਦੁੱਗਲ, ਪ੍ਰੀਤਮ ਸਿੰਘ ਸਫੀਰ ਜੋ ਖੁਦ ਉਸ ਸਮੇਂ ਇੱਕ ਜੱਜ ਸਨ ਤੇ ਪਾਪਾ ਪ੍ਰੀਤਮ ਸਿੰਘ ਨਵਯੁੱਗ ਵਾਲੇ ਉਸ ਸਮੇਂ ਉਹਨਾਂ ਦੇ ਇਹਨਾਂ ਦੇ ਨੇੜਲੇ ਆੜੀ ਬੇਲੀਆਂ ਦੇ ਢਾਣੀ ਜਾਂਦੇ ਸਨ ਉਸ ਸਮੇਂ ਉਪਰੋਕਤ ਕਲਮਾਂ ਦੀ ਦਿੱਲੀ ਦੇ ਸਾਹਿਤਿਕ ਦਾਇਰਿਆਂ ਚ ਬੜੀ ਧੂਮ ਧਾਮ ਤੇ ਬੱਲੇ ਬੱਲੇ ਸੀ ਅਮਰਤਾ ਪ੍ਰੀਤਮ ਦਾ ਪਰਚਾ ਨਾਗਮਣੀ ਆਪਣੇ ਭਰ ਜੋਬਨ ਤੇ ਸੀ ਇਹਦੀ ਸਾਹਿਤਿਕ ਮਹੱਤਤਾ ਦੀਆਂ ਧੂਮਾਂ ਸਾਰੇ ਪੰਜਾਬੀ ਸਾਹਿਤਿਕ ਦਾਇਰਿਆਂ ਦਾਇਰਿਆਂ ਚ ਪੈ ਰਹੀਆਂ ਸੀ ਉਸ ਸਮੇਂ ਇਸ ਪਰਚੇ ਨਾਲ ਜਸਟਿਸ ਮਿੰਦਰ ਸਿੰਘ ਜੋਸ਼ੀ ਕਰਤਾਰ ਸਿੰਘ ਦੁਗਲ ਜੀਤ ਕੌਰ ਡਾਕਟਰ ਦਲੇਪ ਘਟਿਵਾਨਾ ਔਰ ਬਹੁਤ ਸਾਰੇ ਕਹਿੰਦੇ ਕਹਾਉਂਦੇ ਲੇਖਕ ਪੂਰੀ ਤਰ੍ਹਾਂ ਜੁੜੇ ਹੋਏ ਸਨ ਜਿਨ੍ਹਾਂ 'ਚ ਮੈਂ ਆਪਣਾ ਨਾਂ ਵੀ ਲੈ ਸਕਦੀ ਹਾਂ ਤੇ ਮੈਨੂੰ ਨਾਗਮਣੀ 'ਚ ਛਪਣ ਦਾ ਬੜਾ ਮਾਣ ਵੀ ਰਿਹਾ ਸਭ ਤੋਂ ਪਹਿਲਾਂ ਮੇਰੀ ਸਵੈ ਜੀਵਨੀ ਪਗਡੰਡੀਆਂ ਨੂੰ 27 ਕਿਸ਼ਤਾਂ 'ਚ ਨਾਗਮਣੀ ਨੇ ਸਿਰਿਆਲਾਈਜ਼ ਕੀਤਾ ਸੀ ਪਿੱਛੋਂ ਇੱਕ ਸਮਾਂ ਆਇਆ ਜਦੋਂ ਦੁੱਗਲ ਸਾਹਿਬ ਦੀ ਕਿਸੇ ਲਿਖਤ ਨਾਲ ਅਮਰਤਾ ਜੀ ਸਹਿਮਤ ਨਾ ਹੋ ਸਕੇ ਇਸ ਰਾਜੀਤ ਕੌਰ ਵੱਲੋਂ ਵੀ ਕੋਈ ਗਲਤਫਹਿਮੀ ਹੋ ਗਈ ਪਰ ਸਾਹਿਤਕਾਰ ਮਹਿੰਦਰ ਸਿੰਘ ਜੋਸ਼ੀ ਤੇ ਅਮਰਤਾ ਪ੍ਰੀਤਮ ਜੀ ਹਮੇਸ਼ਾ ਇੱਕ ਦੂਜੇ ਦੇ ਪਲੇ ਲਈ ਹੀ ਸੋਚਦੇ ਰਹੇ 나ਗਮਣੀ ਨੇ ਬਹੁਤ ਸਾਰੀਆਂ ਉੱਪਰ ਦੀਆਂ ਕਲਮਾਂ ਉਤਸ਼ਾਹਿਤ ਕਰਕੇ ਲੇਖਕ ਬਣਾਇਆ ਇਸ ਗੱਲ ਦਾ ਸਭ ਨੂੰ 나ਗਮਣੀ ਤੇ ਬਹੁਤ ਮਾਨ ਰਿਹਾ ਪਰ 1984 ਦੇ ਆਪਤਕ ਨੌਣੇ ਦੰਗਿਆਂ ਨੇ ਸਾਹਿਤਕਾਰ ਮਹਿੰਦਰ ਸਿੰਘ ਜੋਸ਼ੀ ਦੀ ਸੋਚ ਨੂੰ ਮੁੱਢੋਂ ਹੀ ਬਦਲ ਕੇ ਰੱਖ ਦਿੱਤਾ ਤੇ ਇਸ ਨਤੀਜੇ ਤੇ ਆ ਪਹੁੰਚੇ ਕਿ ਦੁਨੀਆ ਕਿਸੇ ਦੀ ਨਹੀਂ ਤੇ 나 ਹੀ ਅਸੀਂ ਕਿਸੇ ਦੇ ਕੁਛ ਆ ਸੱਚ ਦੀ ਪਾਲ ਸ਼ੁਰੂ ਹੋ ਗਈ ਸੱਚ ਕੀ ਹੈ ਝੂਠ ਕੀ ਹੈ ਜੀਵਨ ਜਿਉਣਾ ਕੀ ਹੈ ਜੀਵਨ ਬਿਤਾਉਣਾ ਕੀ ਹੈ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਆਦ ਸਵਾਲਾਂ ਨੇ ਜੋਸ਼ੀ ਜੀ ਦੇ ਦਿlo ਦਿਮਾਗ ਚ ਇੱਕ ਜਾਲ ਜਿਹਾ ਬਚਾ ਦੇ ਇਉਂ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਢੂੰਢਦੇ ਢੂੰਢਦੇ ਮਹਿੰਦਰ ਸਿੰਘ ਜੋਸ਼ੀ ਸਾਹਿਤਕਾਰ ਤੇ ਜਸਟਿਸ ਜੋਸ਼ੀ ਸਾਬ ਦੋਵੇਂ ਕਲਮਾ ਹੱਥ ਲੈ ਕੇ ਆ ਪਹੁੰਚੇ ਡੇਰਾ ਬਾਬਾ ਜੈਮਲ ਸਿੰਘ ਬਿਆਸ ਜੋ ਦਰਿਆ ਵਿਆਸ ਦੇ ਕੰਢੇ ਬੜਿਆਂ ਦੁਨੀਆ ਭਰ ਚੋਂ ਇੱਕ ਅਦੁੱਤੀ ਸਥਾਨ ਹੈ ਜਿਹਦੇ ਬਾਨੀ ਕੁਮਾਣਾ ਪਿੰਡ ਦੇ ਨਿਵਾਸੀ ਬਾਬਾ ਜੈਮਲ ਸਿੰਘ ਜੀ ਸਨ ਇਹਨਾਂ ਨੂੰ ਇਹ ਸਥਾਨ ਨਾਮ ਭਗਤੀ ਲਈ ਸਭ ਤੋਂ ਉੱਤਮ ਤੇ ਸ਼ਾਂਤੀ ਭਰਪੂਰ ਸਥਾਨ ਜਾਪਿਆ ਜਿੱਥੇ ਪ੍ਰਭੂ ਭਗਤੀ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੁੰਦੀ ਇਹ ਸਥਾਨ ਭਲੰਕ ਕਲਮਕਾਰ ਬਿੰਦਰ ਸਿੰਘ ਜੋਸ਼ੀ ਜੀ ਨੂੰ ਕਿਉਂ ਨਾ ਪਾਉਂਦਾ ਵਿਆਸ ਆ ਕੇ ਇਹਨਾਂ ਨੂੰ ਆਪਣੇ ਸਾਰੇ ਸਵਾਲਾਂ ਦਾ ਉੱਤਰ ਜਿਵੇਂ ਇੱਕੋ ਸਤਰ 'ਚ ਮਿਲ ਗਿਆ ਕਿ ਮਨੁੱਖੀ ਜਗ ਮਨੁੱਖਾ ਜਨਮ ਜੇਕਰ ਬਾਕੀ 84 ਲੱਖ ਜੂਨਾਂ ਤੋਂ ਅਲੱਗ ਕੁਝ ਹੈ ਤਾਂ ਉਹ ਹੈ ਨਾਮ ਭਗਤੀ ਲਈ ਜੋ ਹੋਰ ਕਿਸੇ ਵੀ ਜੂਨ 'ਚ ਸੰਭਵ ਨਹੀਂ ਮਨੁੱਖਾ ਜਨਮ ਦਾ ਸਭ ਤੋਂ ਵੱਧ ਲਾਹਾ ਨਾਮ ਸਿਮਰਨ ਵਿੱਚ ਹੀ ਹੈ ਬਾਕੀ ਸਭ ਕੁਝ ਧੀਆਂ ਪੁੱਤਰ ਖਾਨ ਪੇਣ ਆਪਾਂ ਨੂੰ ਬਾਕੀ ਜੂਨਾਂ 'ਚ ਵੀ ਪ੍ਰਾਪਤ ਹੁੰਦਾ ਰਿਹਾ ਹੈ ਮਨੁੱਖੀ ਇੱਕ ਅਜਿਹਾ ਜੀਵ ਹੈ ਜਿਸ 'ਚ ਪੰਜੇ ਤੱਤ ਮੌਜੂਦ ਹਨ ਖਾਸ ਕਰਕੇ ਆਕਾਸ਼ ਜਿਸ ਨੂੰ ਬੁੱਧੀ ਦਾ ਤੱਤ ਮੰਨਿਆ ਗਿਆ ਹੈ ਬਾਕੀ ਭੋਗ ਜੁਨੀਆਂ ਚ ਕਿਸੇ ਕੋਲ 2 ਤਤ ਕਿਸੇ ਕੋਲ 3 ਕਿਸੇ ਕੋਲ 4 ਤਤ ਮੌਜੂਦ ਹਨ। ਈਉਂ ਜੋਸ਼ੀ ਜੀ 1984 ਚ ਦਿੱਲੀ ਨੂੰ ਤਿਆ ਕੇ ਡੇਰਾ ਬਾਬਾ ਜੈਮਨ ਸਿੰਘ ਵਿਆਸਾਪਨ ਚ ਫਿਰ ਮੁੜ ਕੇ ਇਹਨਾਂ ਨੇ ਨਾ ਸੁਪਰੀਮ ਕੋਰਟ ਵੱਲ ਦੇਖਿਆ ਨਾ ਹੀ ਪੰਜਾਬੀ ਸਾਹਿਤਿਕ ਅਦਾਰਿਆਂ ਮਲ ਜਿਨ੍ਹਾਂ ਚ ਕਈ ਸਾਹਿਤਿਕ ਸੰਸਥਾਵਾਂ ਦੇ ਖੁਦ ਬਾਨੀ ਵੀ ਕਹੇ ਜਾ ਸਕਦੇ ਐ। ਜਸਟਿਸ ਮਿੰਦਰ ਸਿੰਘ ਜੋਸ਼ੀ ਦੇ ਅਧਿਐਨ ਦਾ ਖੇਰਾ ਬਹੁਤ ਵਿਸ਼ਾਲ ਹੈ। ਇੱਕ ਜੱਜ ਦੂਜਾ ਡੂੰਗੀ ਦ੍ਰਿਸ਼ਟੀ ਵਾਲੇ ਸਾਹਿਤਕਾਰ ਹੋਣ ਦੇ ਨਾਤੇ ਆਪ ਜੀ ਨੂੰ ਵਿਚਾਰਾਂ ਤੇ ਸਿਧਾਂਤਾਂ ਨੂੰ ਆਦ ਨੀ ਜ ਨਾਲ ਕੋਖਣ ਪਰਖਣ ਨਿਰਪੱਖ ਦ੍ਰਿਸ਼ਟੀ ਤੋਂ ਵਿਚਾਰਨ ਦੀ ਮਹਾਰਤ ਹਾਸਲ ਸੀ ਜਿਸ ਕਾਰਨ ਮੁੜ ਮੁੜ ਸਾਹਿਤਿਕ ਸੰਸਥਾਵਾਂ ਦੇ ਸੱਦੇ ਪੱਤਰ ਆਪ ਜੀ ਨੂੰ ਆਉਂਦੇ ਰਹੇ ਇਨਾਮਾਂ ਸਨਮਾਨਾਂ ਦੀਆਂ ਕਮੇਟੀਆਂ ਬੁਲਾਉਂਦੀਆਂ ਰਹੀਆਂ ਸਰਕਾਰੀ ਕੰਮਾਂ ਕਾਜਾਂ ਵਾਸਤੇ ਦਿੱਲੀ ਸਰਕਾਰ ਵੱਲੋਂ ਸਨੇਹ ਆਉਂਦੇ ਰਹੇ ਖਾਸ ਕਰਕੇ ਜਦੋਂ ਪੋਪਾਲ ਕਾ ਗੈਸ ਕਾਂਡ ਵਾਪਰਿਆ ਸੀ ਤਾਂ ਸਰਕਾਰ ਜਸਟਿਸ ਜੋਸ਼ੀ ਨੂੰ ਇਸ ਮੁਕਦਮੇ ਦੀ ਪੈਰਵੀ ਕਰਨ ਲਈ ਅਮਰੀਕਾ ਭੇਜਣਾ ਚਾਹੁੰਦੀ ਸੀ ਪਰ ਆਬਿਆਸ ਛੱਡ ਕੇ ਨਹੀਂ ਗਏ ਕਈ ਵਾਰੀ ਜਲੰਧਰ ਟੀਵੀ ਵਾਲਿਆਂ ਨੇ ਸੱਦੇ ਪੱਤਰ ਭੇਜੇ ਦਿੱਲੀ ਰੇਡੀਓ ਵਾਲਿਆਂ ਨੇ ਕਹਾਣੀ ਪੜਨ ਲਈ ਬਾਰ-ਬਾਰ ਲਿਖਿਆ ਪਰ ਹੁਣ ਤਾਂ ਇਹਨਾਂ ਦੇ ਸਾਹਮਣੇ ਇੱਕੋ ਟੀਚਾ ਰਹਿ ਗਿਆ ਸੀ ਸਾਧ ਸੰਗਤ ਦੀ ਸੇਵਾ ਦੇ ਨਾਮ ਪਗਤੀ ਡੇਰੇ 'ਚ ਰਹਿੰਦਿਆਂ ਆਪ ਜੀ ਦੇ ਹੱਥ ਫੇਰ ਕਲਮ ਆ ਗਈ ਆਪਣੇ ਜਗਿਆਸਿਆਂ ਲਈ ਗੁਰਬਾਣੀ ਦੀ ਵਿਆਖਿਆ ਕਰਦੇ ਹਾਂ ਕਈ ਬਹੁਮੁੱਲੀਆਂ ਪੁਸਤਕਾਂ ਭਗਤੀ ਦੇ ਰਾਹ ਚੱਲਣ ਵਾਲੇ ਪਾਠਕਾਂ ਲਈ ਲਿਖੀਆਂ ਜਿਵੇਂ ਮੀਰ ਦਾਦ ਜੋ ਇੱਕ ਰੂਸੀ ਰੂਹਾਨੀ ਰਚਨਾ ਦਾ ਅਨੁਵਾਦ ਹੈ ਭਾਈ ਗੁਰਦਾਸ ਜੋ ਭਾਈ ਗੁਰਦਾਸ ਜੀ ਦੇ ਜੀਵਨ ਤੇ ਉਹਨਾਂ ਦੀਆਂ ਰਚਨਾਵਾਂ ਤੇ ਆਧਾਰਿਤ ਪੁਸਤਕ ਹੈ ਅਮਰਤ ਨਾਮ ਇਹਨਾਂ ਦੀ ਲਿਖੀਖੋਰ ਰਚਨਾਵਾਂ ਜਿਹਨੂੰ ਅਸੀਂ ਸੰਤ ਮੱਤ ਦਾ ਖਜ਼ਾਨਾ ਕਹਿ ਸਕਦੇ ਹਾਂ ਇਹ ਸਾਰੀਆਂ ਦੁੱਤੀ ਰਚਨਾਵਾਂ ਨਾਮ ਭਗਤੀ ਦਾ ਮਾਰਗ ਦਰਸਾਉਂਦੀਆਂ ਹਨ ਇਨਾਂ ਸਬਨਾਂ ਤੋਂ ਇਲਾਵਾ ਵਿਆਖਿਆ ਦੇ ਰੂਪ ਚ ਆਸਾ ਦੀ ਵਾਰ ਜਪਜੀ ਸਾਹਿਬ ਦੇ ਤੇ ਹੋਰ ਕਈ ਬਹੁਮੁੱਲੀਆ ਰਚਨਾਵਾਂ ਆਪ ਜੀ ਨੇ ਦੂਜੇ ਵਿਦਵਾਨਾਂ ਨਾਲ ਮਿਲ ਕੇ ਪੁਸਤਕ ਰੂਪ ਚ ਤਿਆਰ ਕੀਤੀਆਂ ਜੋ ਹੁਣ ਛਪ ਚੁੱਕੀਆਂ। ਪ੍ਰਭੂ ਭਗਤੀ ਦੇ ਨਾਲ ਨਾਲ ਪਿਛਲੇ ਕਈ ਵਰਿਆਂ ਤੋਂ ਆਪ ਜੀ ਸਤਸੰਗ ਵੀ ਫਰਮਾਉਂਦੇ ਰਹੇ ਪਰ ਉਮਰਾਂ ਦੇ ਕਈ ਲੰਘਣ ਕਾਰਨ ਆਪ ਜੀ ਸਿਰਫ ਨਾਮ ਸਿਮਰਨ ਵੱਲ ਜ਼ਿਆਦਾ ਤਵਜੂ ਦੇ ਰਹੇ ਸਨ। ਅੰਤ 7 ਅਗਸਤ 2009 ਨੂੰ ਵਰਿਆਂ ਤੇ ਸਮੇਂ ਦੇ ਵਿੱਚ ਚੱਲਦੇ ਪੈਰ ਰੁਕ ਗਏ ਜ਼ਿੰਦਗੀ ਨੇ ਆਪਣਾ ਸਫ਼ਰ ਮੁਕਾ ਲਿਆ ਆਪ ਜੀ ਪ੍ਰਭੂ ਚਰਨਾਂ 'ਚ ਜਾ ਸਮਾਏ ਧੰਨਵਾਦ